parents are Ina Diego ਦਸ਼ ਬਾਦ ਹੈ ਜੀ ਕਿਸੇ ਜਗ੍ਹਾ ਰੋਸ਼ਨੀ ਕੰਮ ਹੈ ਅਤੇ ਕਿਸੇ ਜਗ੍ਹਾ ਜ਼ਿਆਦਾ ਕੋਈ ਅੱਗੋਂ ਦੇਖਾਂਗੇ ਜੀ ਅਗਰ ਤਾਂ ਕੋਈ ਰੋਸ਼ਨੀ ਦਾ ਇਮਕਾਨ ਹੋਇਆ ਤਾਂ ਠੀਕ ਹੈ ਵਰਨਾ ਫਿਰ ਉਹ ਮੁਸਲਿਮ ਬਾਜ਼ਾਰ ਵੱਲ ਹੋ ਕੇ ਬਲਕਿ ਬਿਹਤਰ ਹੈ ਕਿ ਉੱਧਰ ਹੀ ਮੈਂ ਇੰਨਾ ਮੇਰੇ ਕੋਲ ਚੱਕਰ ਲੱਗਣਾ ਵੀ ਨਹੀਂ ਇਹ ਜਿਸ ਤੋਂ ਮੈਂ ਗੁਜ਼ਰਿਆ ਅੱਡਾ ਸ਼ਬਾਜ਼ ਹਾਂ ਕਹਿਲਾਉਂਦਾ ਉਹਦੀ ਅੱਡਾ ਦੀ ਵਜ੍ਹਾ ਤਸਮੀਆ ਹੈ ਕਿ ਇੱਥੋਂ ਟਾਂਗੇ ਚੱਲਦੇ ਸਨ ਇੱਕ ਅੱਡਾ ਪਸੂਰੀਆਂ ਇਹ ਦੋ ਬੜੇ ਮਸ਼ਹੂਰ ਅੱਡੇ ਸਨ ਅਤੇ ਹੁਣ ਤਾਂ ਖੈਰ ਰਿਕਸ਼ੇ ਰੁਕਸ਼ੇ ਆ ਗਏ ਨੇ ਉਸ ਜ਼ਮਾਨੇ 'ਚ ਸਵਾਰੀਆਂ ਵਾਲੇ ਟਾਂਗੇ ਸਿਆਲਕੋਟ ਦੇ ਬੜੇ ਮਸ਼ਹੂਰ ਅਦਾਕਾਰ ਸਨ ਬਲਕਿ ਪਾਕਿਸਤਾਨ ਦੇ ਖਸੂਸਨ ਪੰਜਾਬੀ ਫਿਲਮਾਂ 'ਚ ਪਹਿਲੇ ਆ ਤੁਹਾਨੂੰ ਸਾਹਮਣੇ ਕਿਸੇ ਜ਼ਮਾਨੇ ਸਕੂਲ ਹੁੰਦਾ ਸੀ ਐਮ ਬੀ ਪ੍ਰਾਇਮਰੀ ਸਕੂਲ ਹਜ਼ਰਤ ਮੁਰਾਦ ਅਲੀ ਸ਼ਾਹ ਸਰਕਾਰ ਸ਼ਹੀਦ ਇਹ ਦੋ ਮਜ਼ਾਰ ਨੇ ਜੀ ਸ਼ਹੀਦ ਐਨ ਦੇ ਥੋੜ੍ਹਾ ਜਿਹਾ ਤੁਹਾਨੂੰ ਅੰਧੇਰਾ ਬਰਦਾਸ਼ਤ ਕਰਨਾ ਪਏਗਾ ਫਿਰ ਰੌਣਕ ਆ ਜਾਏਗੀ ਮੁਸਲਿਮ ਬਾਜ਼ਾਰ 'ਤੇ ਉਹਦੀ ਦੋ ਦਰਵਾਜ਼ਾ ਇਹ ਬੂਟਾਂ ਦੀਆਂ ਦੁਕਾਨਾਂ ਨੇ ਜ਼ਿਆਦਾਤਰ ਜੁੱਤੀਆਂ ਦੀਆਂ ਕੀ ਹਾਲ ਚਾਲ ਇਹ ਦੂਲਾ ਹਾਊਸ ਚਲੋ ਅੱਛਾ ਜੀ ਮੈਂ ਗੱਲ ਕਰ ਰਿਹਾ ਸਾਂ ਟਾਂਗਿਆਂ ਦੀ ਅਤੇ ਸਵਾਰੀ ਵਾਲੇ ਟਾਂਗੇ ਚੱਲਦੇ ਸਨ ਅਤੇ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਸਾਵਨ ਤੁਸੀਂ ਨਾਂ ਸੁਣਿਆ ਹੋਏਗਾ ਅਦਾਕਾਰ ਸਾਵਨ
ਉਹ ਵੀ ਸਿਆਲਕੋਟ ਦੇ ਸਨ। ਉਹ ਸਭ ਤੋਂ ਪਹਿਲੇ ਉਹ ਆਪਣੀ ਜ਼ਿੰਦਗੀ ਦਾ ਉਹਨਾਂ ਨੇ ਜਿਹੜਾ ਆਗਾਜ਼ ਕੀਤਾ ਸੀ, ਇਹ ਨਾਲ ਨਾਲ ਪੁਰਾਣਾ ਮਕਾਨ ਵੀ ਦੇਖ ਲਓ, ਇਹਦੀ ਪੁਰਾਣੀ ਹਵੇਲੀ ਜਿਹੀ ਛੋਟੀ ਜਿਹੀ। ਅੱਛਾ, ਉਹ ਟਾਂਗੇ ਚਲਾਉਂਦੇ ਸਨ, ਟਾਂਗਾ ਚਲਾਉਂਦੇ ਸਨ, ਬੜਾ ਉਹਨਾਂ ਦਾ ਖੂਬਸੂਰਤ ਸੀ, ਸਫੇਦ ਘੋੜਾ ਅਤੇ ਬੜਾ ਸ਼ਾਨਦਾਰ ਟਾਂਗਾ ਚਮ ਚਮ ਕਰਦਾ। ਉਹ ਸਾਡੇ ਇੱਥੇ ਕਸ਼ਮੀਰੀ ਮਹੱਲਾ ਇਮਾਮ ਬਾਰਗਾਹ ਅੱਡੇ ਬਸੂੜੀਆਂ ਦੀ ਉਹਦੇ ਸਾਹਮਣੇ ਗਲੀ ਹੈ, ਕਿਸੇ ਵੇਲੇ ਤੁਹਾਨੂੰ ਉਹਨਾਂ ਦਾ ਮਕਾਨ ਦਿਖਾ ਦੇਵਾਂਗੇ। ਕਾਠੀਆਂ ਜੀ, ਮੇਰੇ ਇੱਕ ਦੋਸਤ ਨੇ ਦੋ ਤਿੰਨ ਦਫ਼ਾ ਲਿਖਿਆ ਇੱਥੇ, ਦੁਕਾਨ ਨੇ ਸ਼ੇਖ ਕਯੂਮ ਸਾਹਿਬ ਦੀ, ਕਿਸੇ ਦਿਨ ਹੁਣ ਇਸ ਵੇਲੇ ਬੰਦ ਹੈ, ਕਿਸੇ ਦਿਨ ਆਪੇ ਉਹਨਾਂ ਨਾਲ ਵੀ ਛੋਟੀ ਮੋਟੀ ਗੱਲ ਕਰਨੀ ਆ। ਵਾਪਸ ਅੱਗੇ ਬੰਦ ਹੈ ਜੀ, ਇਹ ਦੋ ਦਰਵਾਜ਼ਾ, ਦੋ ਦਰਵਾਜ਼ੇ ਦਾ ਮਤਲਬ ਹੈ ਮਸਜਿਦ, ਦੋ ਦਰਵਾਜ਼ਾ, ਇੱਕ ਦਰਵਾਜ਼ਾ ਉਹਦਾ ਉਸ ਸੜਕ ਦੇ ਵਿੱਚ, ਇੱਕ ਦਰਵਾਜ਼ਾ ਉਹਦਾ ਐ ਸਾਹਮਣੇ ਜਾਂ ਨਜ਼ਰ ਆ ਰਿਹਾ, ਉਹਦੀ ਵਜ੍ਹਾ ਨਾਲ ਇਹ ਚੌਕ ਦੋ ਦਰਵਾਜ਼ਾ ਕਹਿੰਦਾ। ਲਓ ਜੀ, ਹੈ ਸਫੀਅਤ ਬਾਰ, ਅੱਗੇ ਜਾ ਕੇ ਫਿਰ ਉਹ ਮੁਸਲਿਮ ਬਾਜ਼ਾਰ ਆ ਜਾਂਦਾ। ਇਹਨੂੰ ਸਰਾਫਾ ਬਾਜ਼ਾਰ ਵੀ ਹੈ, ਚੌਕ ਦੋ ਦਰਵਾਜ਼ਾ ਵੀ ਇਹਨੂੰ ਕਹਿੰਦੇ ਨੇ। ਥੋੜ੍ਹਾ ਜਾ ਕੇ ਜਾਵਾਂਗੇ ਤਾਂ ਸਹੀ ਅਖਬਾਰ, ਕੱਲ੍ਹ ਅਸਲ 'ਚ ਡੇ ਲਾਈਟ 'ਚ ਮਜ਼ਾ ਆਏਗਾ ਜਲੂਸ ਦੀ ਮੂਵੀ ਬਣਾਉਣ ਦਾ, ਉਹ ਮੈਂ ਕੋਸ਼ਿਸ਼ ਕਰਾਂਗਾ ਕਿਸੇ ਐਸੀ ਜਗ੍ਹਾ 'ਤੇ ਜਾਂ ਚੱਲ ਫਿਰ ਕੇ ਤੁਹਾਨੂੰ ਇੱਕ ਵਾਰੀ ਹੋਗਾ। ਚਲੋ ਚਲਾਓ ਤੁਸੀਂ, ਜਬ ਤੱਕ ਜ਼ਿੰਦਗੀ ਰਹੇਗੀ ਮਿਲਾਦ ਮਨਾਤੇ। ਚੌਕ ਸਹੀ ਇੱਕ ਬਾਰਿਸ਼, ਦੇਖੋ ਬੇਟਾ ਠੀਕ ਹੈ, ਕਿਉਂ ਆਪਣੇ ਲਈ ਬਣਾ ਰਹੇ, ਚੈਨਲ ਪਰ ਚੜਾਏਗੇ।
ਕੋਸਮੈਟਿਕਸ ਐਂਡ ਜਿਊਲਰੀ ਪ੍ਰੋਪਰਾਈਟਰ ਗੁਰਜਿੰਦਰ ਸਿੰਘ। ਇਹ ਦੁਕਾਨ ਪਹਿਲੇ ਜਦੋਂ ਮੇਰਾ ਕੈਮਰਾ ਉੱਥੇ ਸੀ, ਕਿਸੇ ਪਹਿਲੇ ਮੈਂ ਮੂਵੀ ਬਣਾਈ ਜਿਹੜੀ ਤੁਸੀਂ ਬੜੀ ਪਸੰਦ ਕੀਤੀ ਸੀ। ਹੁਣ ਇਹਨਾਂ ਨੂੰ ਇਸ ਜਗ੍ਹਾ ਦੁਕਾਨ ਮਿਲ ਗਈ ਹੈ ਔਰ ਉਹਨਾਂ ਦੇ ਇਹ ਜ਼ਿਆਦਾ ਅੱਛੀ ਜਗ੍ਹਾ ਕਿਉਂਕਿ ਬਾਜ਼ਾਰ ਜ਼ਿਆਦਾ ਚੱਲਦਾ। ਕਿਸੇ ਵਕਤ ਫਿਰ ਇੱਕ ਝਲਕ ਤੁਹਾਨੂੰ ਇਸ ਦੁਕਾਨ 'ਚ ਦਿਖਾਵਾਂਗੇ, ਕਿਉਂਕਿ ਚੰਦ ਕਦਮ ਦਾ ਫਾਸਲਾ, ਲੇਕਿਨ ਬਹਰਹਾਲ ਅੱਲਾਹ ਤਾਲਾ ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾਏ, ਅੱਛੇ ਬੜੇ ਅੱਛੇ ਲੋਕ ਨੇ। ਲਓ ਜੀ, ਹੁਣ ਬੇਰੀਵਾਲਾ ਚੌਕ ਵੱਲ ਇਹ ਰਾਜਾ ਰੋਡ ਆ ਗਈ। ਇਹ ਜਿੱਥੇ ਲਿਖਿਆ ਤਾ ਨਾ ਜੀ ਦੁਕਾਨ ਕਿਰਾਏ 'ਤੇ, ਦੁਕਾਨ ਬਰਾਏ ਫਰੋਹਤ, ਇਹ ਦੁਕਾਨ ਸੀ ਪਹਿਲੇ ਸਰਦਾਰ ਜੀ ਕੋਸਮੈਟਿਕਸ, ਜਿਹਦੀ ਮੈਂ ਮੂਵੀ ਬਣਾਈ ਸੀ ਅਤੇ ਹੁਣ ਉਹ ਸਾਹਮਣੇ ਚਲੇ ਗਏ। ਇੰਨਾ ਹੀ ਫਰਕ ਹੋਇਆ, ਬਾਕੀ ਚੀਜ਼ਾਂ ਉਹੀ ਨੇ, ਮਾਲਕਾਨ ਵੀ ਉਹੀ ਨੇ। ਕਿਉਂਕਿ ਹੁਣ ਰਾਤ ਦਾ ਇੱਕ ਵਾਰ ਚੱਲੇ ਆ ਦੁਕਾਨਦਾਰ ਦੇ ਛੁੱਟੀ ਕਰਕੇ। ਰਸਤਾ ਬੰਦ ਕੀ ਜ਼ਿਆਦਾ ਪੈਦਲ ਦਾ ਰਸਤਾ ਹੈ, ਠੀਕ ਹੋ। ਕੀ ਹਾਲ ਏ, ਠੀਕ ਹੋ, ਚਲੋ। ਜਗ੍ਹਾ ਜਗ੍ਹਾ ਐਂ ਲੱਗੇ ਹੁੰਦੇ ਨੇ ਕਵਾਲੀਆਂ ਜਾਂ ਨਾਤਾਂ, ਅਤੇ ਯੂਟਿਊਬ ਵਾਲੇ ਫਿਰ ਮੋਨੀਟਰਾਈਜੇਸ਼ਨ ਇਹਦੇ 'ਤੇ ਨਹੀਂ ਦਿੰਦੇ, ਕਹਿੰਦੇ ਨੇ ਜੀ ਕੀ ਹਾਲ ਚਾਲ, ਠੀਕ ਹੈ। ਕਾਪੀਰਾਈਟ ਦਾ ਐਕਟ ਆ ਜਾਂਦਾ ਇਹਦੇ ਵਿੱਚ, ਸਮਝ ਲਓ ਖਾਲਸ ਤੁਹਾਡੇ ਵਾਸਤੇ ਬਣਾ ਰਹੇ ਹਾਂ। ਫਿਰ ਉਹਨਾਂ ਨੂੰ ਕਹੀਦਾ ਠੀਕ ਹੈ ਤੁਸੀਂ ਐਸੇ ਹੀ ਚਲਾ ਦਿਓ ਮੋਨੋਟਰਾਈਜੇਸ਼ਨ, ਯਾਨੀ ਕਿ ਇਸ਼ਤਿਹਾਰ ਐਡਸ ਵਗੈਰਾ ਨਾ ਕਰੋ, ਕਿਉਂਕਿ ਭਾਵੇਂ ਇੱਕ ਮਿੰਟ ਦਾ ਵੀ ਇਹ ਕਲਿੱਪ ਕੋਈ ਮਿਊਜ਼ਿਕ ਦਾ, ਫੌਰਨ ਉਹਨਾਂ ਨੂੰ ਆ ਜਾਂਦਾ, ਪਤਾ ਲੱਗ ਜਾਂਦਾ ਕਿ ਵੀ ਇਹ ਕਾਪੀਰਾਈਟ ਹੈ। ਇੰਨਾ ਕੋਈ ਸਿਸਟਮ ਕੀਤਾ ਤਾ ਇਹਨਾਂ ਨੂੰ ਜੀ। ਮਸਜਿਦ ਸ਼ਾਨੇ ਮੁਸਤਫਾ ਚੌਂਕ ਬੇਰੀ ਵਾਲਾ, ਇਸ ਵਾਸਤੇ ਰਸਤਾ ਬੰਦ ਕੀਤਾ ਸੀ ਉਹਨਾਂ ਨੇ। ਮੈਂ 8 ਵਜੇ 7 ਵਜੇ ਕੋਸ਼ਿਸ਼ ਕੀਤੀ ਸੀ ਪਰ ਇੱਧਰ ਬੜਾ ਮੁਸ਼ਕਿਲ ਸੀ, ਰਸਤਾ ਹੀ ਕੋਈ ਨਹੀਂ ਸੀ ਹੈਗਾ। ਰਾਜਾ ਬਾਜ਼ਾਰ ਚੌਕ ਬੇਰੀ ਵਾਲਾ।
ਕੀ ਹਾਲ ਹੈ ਤੁਹਾਡਾ? ਸਿੱਧਾ ਉਤਰ ਵਿੱਚ ਪਿਆ ਸਿੱਧਾ। ਠੀਕ ਹੋ? ਬਸ ਸ਼ੁਕਰ ਅੱਲਾਹ ਤਾਲਾ। ਬੜਾ ਅੱਛਾ ਬਣਾਇਆ ਤਾ ਜੀ, ਪਰ ਰਸਤਾ ਤੁਸੀਂ ਬੜਾ ਤੰਗ ਰੱਖਿਆ ਤਾ ਜੀ। ਉਧਰ ਜਾਣਾ ਹੁਣ ਮੁਸ਼ਕਲ ਹੋ ਗਿਆ ਮੇਰੇ ਵਾਸਤੇ। ਬਲਕਿ ਇੱਕ ਪਾਸਾ ਰੱਖੋ ਲੇਡੀਜ਼ ਦਾ ਅਗਲੇ ਸਾਲ, ਹੁਣ ਕੋਈ ਹਿਸਾਬ ਕਰਨ ਕੋ ਉਧਰ ਲੇਡੀਜ਼ ਜਾਣ ਤੇ ਇੱਧਰ ਬਣ। ਚਲੋ ਬੜਾ ਅੱਛਾ ਮਾਸ਼ਾ ਅੱਲਾਹ, ਠੀਕ ਹੈ ਜੀ। ਹੁਣ ਮੈਂ ਲੰਘ ਜਾਵਾਂਗਾ ਕਿਸੇ ਤਰੀਕੇ ਨਾਲ। ਤੁਸੀਂ ਸੁਣਾਓ, ਠੀਕ ਹੋ? ਸਹੀ ਚੱਲ ਰਿਹਾ? ਚਲੋ ਬੜਾ, ਇਸ ਵੇਲੇ ਰਾਤ ਦਾ 1 ਵਜ ਗਿਆ ਤੇ ਰਸਤਾ ਤੁਹਾਡਾ ਬੜਾ ਤੰਗ ਹੈ ਯਾਰ। ਪਹਿਲਾ ਰੋਲ ਮੈਂ ਇੱਧਰੋਂ ਆਇਆ ਸਾਂ ਜਿਹਦੇ ਮੇਰਾ ਕੈਮਰਾ ਮੋਰੀ ਗੇਟ ਵੱਲੋਂ, ਅਤੇ ਇੱਧਰ ਗਿਆ ਸਾਂ ਅੱਡੇ ਸ਼ਬਾਦ ਸਾਹਿਬ। ਹੁਣ ਮੈਂ ਇੱਧਰ ਜਾਵਾਂ ਵਾ ਰਾਜਾ ਬਾਜ਼ਾਰ। ਲਓ ਜੀ, ਜਿਹੜਾ ਰੌਣਕ ਵਾਲਾ ਏਰੀਆ ਸੀ ਉਹ ਅਸੀਂ ਫਿਰ ਲਿਆ। ਬਾਕੀ ਸੁਬਾਹ ਕੀ ਹਾਲ ਇਹਨਾਂ ਮੈਚ ਹੋ ਰਹੇ ਨੇ? ਸ਼ਾਬਾਸ਼, ਵੈਰੀ ਗੁੱਡ ਬਾਈ।
Very good. Yada. Winner. ਜੀ ਮੈਚ ਹੋ ਰਿਹਾ ਲਓ ਜੀ ਨਾ ਤੇ ਹਾਲੇ ਸ਼ੁਕਰੀਆ ਸਾਡੇ ਖੁਸ਼ ਮਿਜ਼ਾਜ ਹੋਈ ਜਾ ਰਹੇ ਨੇ ਹੱਥ ਲਾਉਂਦੇ ਨੇ ਕੀ ਹਾਲ ਹੀ ਨਾ ਫਿਰ ਠੀਕ ਹੋ ਜੀ ਰਾਜਾ ਰੋਡ ਤੁਹਾਨੂੰ ਦਿਖਾ ਦਿੱਤਾ ਹੁਣ ਆ ਗਿਆ ਜੀ ਇਹ ਚੌਕ ਬੂਚੜਖਾਨਾ ਉਸ ਦੇ ਅੱਗੇ ਵੀ ਜੀ ਇਮਾਮ ਬਾਰਗਾ ਮਿਸਤਰੀ ਅਬਦੁੱਲਾ ਉੱਥੇ ਜਾ ਕੇ ਮੈਂ ਫਿਰ ਐਂਡ ਕਰ ਦਿਆਂਗਾ ਤੁਹਾਡਾ ਨਹੀਂ ਇਹਦਾ ਮੂਵੀ ਦਾ ਸੋਰੀ ਅਸਲ 'ਚ ਮੇਰਾ ਐਂਡ ਹੋ ਗਿਆ ਯਾਨੀ ਕਿ ਇੰਨਾ ਹੀ ਸਟੈਮਿਨਾ ਸੀ ਅਤੇ ਇੱਧਰ ਵੀ ਇਹ ਉਹੀ ਚੀਜ਼ ਹੀ ਹੈ ਰਸਤਾ ਬੰਦ ਹੈਗਾ ਇਸ ਤਰ੍ਹਾਂ ਹੀ ਹੈ ਸਾਰਾ ਹਾਂ ਸਾਹਿਬ ਮੂੰਗਫਲੀ ਭੁੰਨਦੇ ਨੇ ਜੀ ਇਸ ਦਫ਼ਾ ਮੂੰਗਫਲੀ ਮਹਿੰਗੀ ਆ ਯਾਰ ਕੀ ਵਜ੍ਹਾ ਹੋਈ ਆ 50 ਰੁਪਏ ਕੀ ਪਾਓ ਹੈ 90 ਰੁਪਏ ਪਾਓ ਸ਼ਾਬਾਸ਼ ਚਲੋ ਇਹ ਮਾਰਕੀਟ ਹੈ ਜੀ ਜਿਹੜੀ ਨਵਾਂ ਆਇਆ ਦਾ ਦੀਵਾਰਾਂ ਦੇ ਉੱਤੇ ਪਲਾਈਵੁੱਡ 'ਤੇ ਹੈ ਦੂਸਰਾ ਤੀਸਰਾ ਇਹ ਲਾਈਟ ਦਾ ਫਿਰ ਪ੍ਰੋਬਲਮ ਹੈ ਇਸ ਵਕਤ ਲੇਕਿਨ ਕਿਉਂਕਿ ਉਹ ਸਾਹਮਣੇ ਨਜ਼ਰ ਆ ਰਹੇ ਹੈ ਇਮਾਮ ਬਾਰਗਾ ਮੈਂ ਫਿਰ ਹੁਣ ਉੱਥੋਂ ਤੱਕ ਇਹ ਵੀ ਰਾਜਾ ਰੋਡ ਰਾਜਾ ਰੋਡ ਹੀ ਕਹਿੰਦੇ ਹੈ ਜੀ ਰੇਲਵੇ ਰੋਡ ਤੋਂ ਸ਼ੁਰੂ ਹੁੰਦੀ ਹੈ ਉਹ ਰਾਜਾ ਰੋਡ ਜਾਏਗੀ ਚੌਕ ਸ਼ਹੀਦ ਬਾਗ ਤੱਕ ਔਰ ਰਹਿਮਾਨ ਟ੍ਰੇਡਰਸ ਸੀਲਿੰਗ ਕਮਿਊਨਿਟੀ ਸੈਂਟਰ ਇਹ ਲੋਕਾਂ ਦੇ ਪੈਗਾਮ ਨੇ ਜੀ ਜਸ਼ਨ ਈਦ ਮਿਲਾਦੁਨ ਨਬੀ ਮੁਬਾਰਕ
कुछ लोगों ने सलंसर कढ़े दे गड्डी दे मोटरसाइकिल दे साइड तो निकलांगा रश बहुत है ਯਾਰੇ ਨਾ ਬੇਲੇ ਠੀਕ ਹੋ ਗੱਲ ਵੀ ਮੇਰੇ ਨਾਲ ਹੈ ਚਲੋ ਬੋਲੀ ਨਾ ਸ਼ੂ ਨਹੀਂ ਲੋ ਜੀ ਅੱਛੇ ਵੀ ਲੰਗਰ ਜਾਰੀ ਹੈ ਹਲਵਾ ਪੂੜੀ ਲਓ ਜੀ ਸਾਡਾ ਅੱਜ ਦਾ ਪ੍ਰੋਗਰਾਮ ਇਖਤਤਾਮ ਤੋਂ ਪਹੁੰਚਿਆ ਜੀ ਇਹ ਹੁਣ ਕਾਫੀ ਲੰਬੀ ਹੋ ਗਈ ਹੈ ਮੈਂ ਸ਼ਾਇਦ ਇਹਦੇ ਦੋ ਹਿੱਸੇ ਕਰਦਾ ਅਤੇ ਸੁਬਾਹ ਫਿਰ ਜੋ ਅੱਲਾ ਕਰੇ ਆਪਣੀਆਂ ਦੁਆਵਾਂ 'ਚ ਯਾਦ ਰੱਖੋ ਖੁਸ਼ ਰਹੋ ਸ਼ਾਦ ਰਹੋ ਆਬਾਦ ਰਹੋ ਅੱਲਾ ਹਾਫਿਜ਼